ਤੁਸੀਂ ਵੇਖ ਰਹੇ ਹੋ ਝਾਂਜ ਤੇ ਐਨ ਆਰ ਆਈ ਨਿਊਜ਼ ਬੁਲੇਟਿਨ। ਲੋ ਪੇਸ਼ ਨੇ ਕੁਝ ਖਬਰਾਂ ਬਾਲੀਵੁੱਡ ਵਰਲਡ ਤੋਂ। ਫਿਲਮ ਥ੍ਰੀ ਇਡੀਅਟਸ ਦੇ ਅਦਾਕਾਰ ਅਖਿਲ ਮਿਸ਼ਰਾ ਦੀ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਮੌਤ। ਆਮਿਰ ਖਾਨ ਦੀ ਫਿਲਮ ਥ੍ਰੀ ਇਡੀਅਟਸ ਵਿੱਚ ਲਾਇਬ੍ਰੇਰੀਅਨ ਦੁਬੇ ਦੀ ਭੂਮਿਕਾ ਨਿਭਾ ਕੇ ਮਸ਼ਹੂਰ ਹੋਏ ਅਦਾਕਾਰ ਅਖਿਲ ਮਿਸ਼ਰਾ ਦਾ ਦੇਹਾਂਤ ਹੋ ਗਿਆ ਹੈ। ਇੱਕ ਰਿਪੋਰਟ ਮੁਤਾਬਿਕ ਕੰਮ ਕਰਦੇ ਸਮੇਂ ਇਮਾਰਤ ਤੋਂ ਡਿੱਗਣ ਕਾਰਨ ਅਦਾਕਾਰ ਦੀ ਮੌਤ ਹੋ ਗਈ। ਅਖਿਲ ਮਿਸ਼ਰਾ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਇੰਡਸਟਰੀ ਵਿੱਚ ਸ਼ੋਕ ਦੀ ਲਹਿਰ ਪੈਦਾ ਕਰ ਦਿੱਤੀ ਹੈ ਅਤੇ ਪ੍ਰਸ਼ੰਸਕ ਇਸ ਖਬਰ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਸੂਫੀ ਨਾਈਟ ਵਿੱਚ ਪਰਿਣੀਤੀ ਰਾਘਵ ਨੇ ਕੀਤਾ ਡਾਂਸ, ਵੀਡੀਓਜ਼ ਆਈਆਂ ਸਾਹਮਣੇ। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਸਿਆਸਤਦਾਨ ਰਾਘਵ ਚੱਡਾ ਹਮੇਸ਼ਾ ਲਈ ਇਕੱਠੇ ਹੋਣ ਜਾ ਰਹੇ ਹਨ। ਉਹ ਜਲਦ ਹੀ 7 ਫੇਰੇ ਲੈਣਗੇ। ਤਰੀਕਾਂ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਪਰ ਵਿਆਹ ਦੀਆਂ ਰਸਮਾਂ ਅਰਦਾਸ ਅਤੇ ਸ਼ਬਦ ਕੀਰਤਨ ਨਾਲ ਸ਼ੁਰੂ ਹੋ ਚੁੱਕੀਆਂ ਹਨ। ਹੁਣ ਦਿੱਲੀ ਵਿੱਚ ਰਾਘਵ ਦੇ ਘਰ ਸੂਫੀ ਨਾਈਟ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿੱਚ ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ, ਭਰਾ ਸਿਧਾਰਥ ਚੋਪੜਾ ਅਤੇ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਸ਼ਿਰਕਤ ਕੀਤੀ। ਫੰਕਸ਼ਨ ਦੀ ਅੰਦਰੂਨੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਰਾਘਵ ਤੇ ਪਰਿਣੀਤੀ ਗੀਤਾਂ ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਦੇਸ਼ ਭਰ ਵਿੱਚ ਵਿਰੋਧ ਦੇ ਚੱਲਦਿਆਂ ਗਾਇਕ ਸ਼ੁਭ ਦਾ ਭਾਰਤ ਵਿੱਚ ਸਟਿਲ ਰੈਲਿਨ ਟੂਰ ਹੋਇਆ ਰੱਦ। ਪੰਜਾਬੀ ਗਾਇਕ ਸ਼ੁਭ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ। ਸ਼ੁਭ ਦਾ ਭਾਰਤ ਵਿੱਚ ਸਟਿਲ ਰੋਲਿਨ ਨਾਂ ਤੋਂ ਟੂਰ ਸ਼ੁਰੂ ਹੋਣਾ ਸੀ, ਜਿਸ ਨੂੰ ਦੇਸ਼ ਭਰ ਵਿੱਚ ਗਾਇਕ ਦੇ ਵਿਰੋਧ ਦੇ ਚੱਲਦਿਆਂ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਬੁੱਕ ਮਾਈ ਸ਼ੋਅ ਵੱਲੋਂ ਐਕਸ 'ਤੇ ਦਿੱਤੀ ਗਈ ਹੈ। ਬੁੱਕ ਮਾਈ ਸ਼ੋਅ ਨੇ ਆਪਣੀ ਪੋਸਟ ਵਿੱਚ ਲਿਖਿਆ, ਗਾਇਕ ਸ਼ੁਭ ਦੇ ਭਾਰਤ ਲਈ ਸਟਿਲ ਰੋਲਿਨ ਟੂਰ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਬੁੱਕ ਮਾਈ ਸ਼ੋਅ ਨੇ ਉਹਨਾਂ ਸਾਰੇ ਯੂਜ਼ਰ ਦੇ ਲਈ ਟਿਕਟ ਰਾਸ਼ੀ ਵੀ ਪੂਰੀ ਵਾਪਸੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਸ਼ੋਅ ਲਈ ਟਿਕਟਾਂ ਬੁੱਕ ਕੀਤੀਆਂ ਸਨ। ਰੀਫੰਡ ਯੂਜ਼ਰਸ ਦੇ ਮੁੱਖ ਲੈਣ ਦੇਣ 'ਤੇ ਸਰੋਤ ਖਾਤੇ ਵਿੱਚ 7 ਤੋਂ 10 ਕੰਮਕਾਜੀ ਦਿਨਾਂ ਅੰਦਰ ਆ ਜਾਵੇਗਾ।